ਕੁੜੀ ਨੂੰ ਮਿਲਣ ਜੁਲਣ ਲੱਗ ਪਿਆ। ਉਹ ਕੁੜੀ ਵੱਡੀ ਫੋਟੋਆਂ ਪਾਉਣ ਲੱਗ ਪਈ, ਗੱਲਾਂ ਬਾਤਾਂ ਕਰਨ ਲੱਗ ਪਈ। ਇਹ ਮੇਰੀ ਕੁੜੀ ਨੂੰ ਪਤਾ ਲੱਗਾ ਨਹੀਂ ਲਵ ਮੈਰਿਜ ਆ। ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਬੱਚਿਆਂ ਦਾ ਇਨਸਾਫ਼ ਚਾਹੀਦਾ, ਨਾਲੇ ਉਹ ਕੁੜੀ ਵੀ ਵਿੱਚ ਆਉਣੀ ਚਾਹੀਦੀ। ਉਹ ਕੁੜੀ ਦੇ ਕਰਕੇ ਹੀ ਇਹ ਮੌਤ ਹੋਈ ਇਹਨਾਂ ਨੇ। सिर्फ एक महीना रखी कुड़ी, लियान तो बाद तंग बड़ा करते। फिर ओदी दादी लै गई, ओदी दादी वल्ले लै गई, वल्ले ओदी दादी ने एक महीना रखिया। फिर वह कुड़ी कहती मम्मी मैनू तुसी रख लो, दादी बेचारी बुढ़ी है, दादी बहुत चंगी हैगी। ओदी उहने मुड़ के फिर साडे घर आ गए ते 3 साल साडे घर रहे। कुड़ी दे घर बच्चा होने वाला होया, कहती मैं बच्चा नहीं रखन देना। कुड़ी डरती साडे घर चल गई, कुड़ी मुड़ के उत्थे 3 साल साडे घर रही। हुण किथे रहंदे पए सी? हुण अपने सहुरे आ गई ही। इहदी गई ही नानी, गई ही लैन मुंडा। पहला इन्हां ने मंगा लिया इहदी मां ने। ओदे इत्थे इक कुड़ी हैगी है प्रिया, ओदे नाल गल बात इहदी भैण ने करवाती ते ओह इत्थे आण लग पिया अपनी माँ दे कोल। ओह कुड़ी नूं मिलण जुलण लग पिया। ओह कुड़ी वड्डियां फोटोआं पाउण लग पई, गल्लां बातां करन लग पई। इह मेरी कुड़ी नूं पता लगा नहीं लव मैरिज आ। तुसीं हुण की मंग करदे हो जी? ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਬੱਚਿਆਂ ਦਾ ਇਨਸਾਫ਼ ਚਾਹੀਦਾ, ਨਾਲੇ ਉਹ ਕੁੜੀ ਵੀ ਵਿੱਚ ਆਉਣੀ ਚਾਹੀਦੀ। ਉਹ ਕੁੜੀ ਦੇ ਕਰਕੇ ਹੀ ਇਹ ਮੌਤ ਹੋਈ, ਇਹਨਾਂ ਨੇ ਆਪਣਾ ਕੰਡਾ ਕੱਟਿਆ। ਕੀ ਨਾਂ ਕੁੜੀ ਦਾ? ਪ੍ਰਿਆ। ਤੇ ਤੁਹਾਡੇ ਜਵਾਈ ਦਾ ਨਾਂ ਕੀ ਹੈ ਜੀ? ਮਾਰ। ਇਹ ਕੁੜੀ ਬਗੀ ਸ਼ੁਰੂ ਤੋਂ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਦਾਜ ਦੀ ਮੰਗ ਵੀ ਕੀਤੀ ਜਾਂਦੀ ਸੀ ਤੇ ਘਰ ਪਰਿਵਾਰ ਸਾਰਾ ਮਾਰਾ ਤੇ ਉਹਨੂੰ ਥੋੜ੍ਹੇ ਦਿਨ ਮਿਲ ਕੇ ਇਹਨਾਂ ਨੂੰ ਕੁੱਟਿਆ ਮਾਰੇ ਬਾਈ ਹਸਪਤਾਲ ਦਾਖਲ ਕਰਾਇਆ ਤੇ ਕੱਲ੍ਹ ਪਰਿਵਾਰ ਵਾਲੇ ਮਿਲ ਕੇ ਗਏ ਨੇ ਕੁੜੀ ਨੂੰ ਤੇ ਬਾਅਦ 'ਚ ਉਹਨਾਂ ਨੇ ਟੀਕਾ ਟੂਕਾ ਲਵਾ ਕੇ ਪਰਿਵਾਰ ਕਿਹਾ ਜਾ ਰਿਹਾ ਟੀਕਾ ਟੂਕਾ ਲਾ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਮੈਂ ਪੂਰਾ ਪ੍ਰਸ਼ਾਸਨ ਨੂੰ ਕਹਾਂਗਾ ਪੂਰੀ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ 4 ਦਿਨ ਦਾ ਸਮਾਂ ਸਾਨੂੰ ਉਹਨਾਂ ਨੇ ਦਿੱਤਾ 5 ਜਾਂ 6 ਦਿਨਾਂ ਦੇ ਵਿੱਚ ਆਪਾਂ ਘੀਮਾ ਦਾ ਚੌਂਕ ਘੇਰ ਲਾਂਗੇ ਜੇ ਨਾ ਕਾਰਵਾਈ ਹੋਈ ਤੇ ਜੇ ਮੁੰਡਾ ਵੀ ਛੱਡਣਗੇ ਤੇ ਮੁੰਡਾ ਇਸ ਟਾਈਮ ਉਹਨਾਂ ਦੀ ਹਿਰਾਸਤ ਦੇ ਵਿੱਚ ਹੈ ਜੇ ਮੁੰਡਾ ਛੱਡਣਗੇ ਤੇ ਅਸੀਂ ਉਸੇ ਦਿਨ ਕਾਰਵਾਈ ਕਰਾਂਗੇ 174 ਦੀ ਕਾਰਵਾਈ ਕਿੱਦਾਂ ਕਰਤੀ ਜੀ? ਪਤਾ ਨਹੀਂ ਜੀ, ਆਪ ਅਮਰਜੀਤ ਸਿੰਘ ਜੀ ਹੈਗੇ ਨੇ ਇੰਚਾਰਜ, ਉਹਨਾਂ ਨੇ ਸਾਨੂੰ ਆ ਕਿਹਾ ਜੀ 174 ਦੀ ਕਾਰਵਾਈ FIR ਦਰਜ ਕੀਤੀ ਹੈ ਤੇ ਅੱਗੋਂ ਹੁਣ ਦੇਖੋ ਸਾਡੇ ਨਾਲ ਮਤਲਬ ਕਿ ਸਹੀ ਚੱਲਣਗੇ, ਜੋ ਸਹੀ ਕਾਰਵਾਈ ਬਣਦੀ ਉਹ ਕਰਨਗੇ ਤੇ ਆਪਾਂ ਉਹਨਾਂ ਦੇ ਸਹਿਮਤ ਹਨ ਜਿੱਦਾਂ ਕਰਾਂਗੇ ਆਪਾਂ ਉੱਦਾਂ ਚੱਲਾਂਗੇ। ਜੇ ਪਰਿਵਾਰ ਨੂੰ ਧੱਕਾ ਹੋਏਗਾ ਤੇ ਆਪਾਂ ਪਰਿਵਾਰ ਦੇ ਨਾਲ ਜਿੱਥੇ ਮੋਢੇ ਨਾਲ ਮੋਢਾ ਮਿਲਾ ਕੇ ਖੜਾ ਹਾਂ। ਤੇ ਕੁੜੀ ਦੀ ਕਿੰਨੀ ਦੇਰ ਮੈਰਿਜ ਹੋ ਗਈ ਸੀ ਤੇ ਕਿੰਨੇ ਬੱਚੇ ਹੋ ਗਏ? ਕਿੰਨੇ ਬੱਚੇ ਜੀ? ਉਹ ਬੱਚੇ ਆ ਤੇ ਕਿੰਨੇ ਕਿੰਨੇ ਸਾਲ ਦੇ ਆ? 2 ਸਾਲ ਦਾ ਤੇ 7 ਮਹੀਨੇ ਦਾ ਤੇ ਕੁੜੀ ਦੀ ਉਮਰ ਵੀ ਏਡੀ ਵੱਡੀ ਨਹੀਂ ਗਈ, ਛੋਟੀ ਉਮਰ ਦੀ ਕੁੜੀ ਹੈ। 7 ਦੇ ਨਿਸ਼ਾਨ ਵੀ ਉਹਦੇ ਜਿਵੇਂ ਲੱਗੇ। ਲਵ ਮੈਰਿਜ ਹੈ ਤੇ ਰੇਂਜ ਮੈਰਿਜ ਹੈ? ਇਹ ਲਵ ਮੈਰਿਜ ਹੈ। ਤੇ ਹੁਣ ਕੁੜੀ ਮੁੰਡੇ ਵਾਲੇ ਤੰਗ ਕਰਦੇ ਕਰ ਰਹੇ ਸੀ ਕਿ ਮੰਗ ਕਰ ਰਹੇ ਸੀ? ਇਹ ਦਾਜ ਦੀ ਮੰਗ ਕਰਦੇ ਪਏ ਸੀ ਤੇ ਇਹਨਾਂ ਕੋ ਵਿਚਾਰੇ ਕੁੜੀ ਹੀ ਨਾ ਕੋ ਉਹਨਾਂ ਕੁਛ ਵੀ ਨਹੀਂ ਸੀ, ਪਹਿਲਾਂ ਪਸੰਦ ਨਾਲ ਵਿਆਹ ਕਰਾ ਲਿਆ ਮੁੜ ਕੇ ਬਾਅਦ ਚਲੇ ਫੇਰ ਆਪਣੀ ਕੁੜੀ। ਤੁਸੀਂ ਹੁਣ ਭਾਜੀ ਕੀ ਮੰਗ ਕਰਦੇ ਹੋ? ਮੰਗ ਇਹ ਕਹਿੰਦੇ ਕਿ ਇਹਨਾਂ ਦਾ ਧੱਕਾ ਨਹੀਂ ਹੋਣਾ ਚਾਹੀਦਾ ਉਹਨਾਂ ਨਾਲ, ਇਹਨਾਂ ਜੋ ਕਾਰਵਾਈ ਬਣਦੀ ਹੈ ਮੁੰਡਿਆਂ ਉੱਤੇ ਉਹ ਹੋਣੀ ਚਾਹੀਦੀ ਹੈ। ਸਰ ਕੀ ਹੈਗਾ? ਸਰ ਉਹਨੇ ਜੋ ਮੁਸਕਾਨ ਦਾ ਆਇਆ ਵਾ ਲੜਕੀ ਆ, ਇਹ 22-23 ਸਾਲ ਏਜ ਇਹਦੀ ਅਤੇ ਕੱਲ੍ਹ ਇਹਦੀ ਬੋਡੀ ਜਮ੍ਹਾਂ ਕਰਾਈ ਦੀ ਸੀ, ਉੱਥੋਂ ਅੱਜ ਲਿਆ ਕੇ ਇਹਦਾ ਪੋਸਟਮਾਰਟਮ ਕਰਾਇਆ ਗਿਆ। 174 ਦੀ ਕਾਰਵਾਈ ਕਰਾਈ ਗਈ, ਜੋ ਅੱਗੇ ਉਹਦੇ ਵਿੱਚ ਆਏਗਾ ਹਿਸਾਬ ਦਾ ਰਿਪੋਰਟ ਉਹਦੇ ਹਿਸਾਬ ਨਾਲ ਕਾਰਵਾਈ ਹੋਈ। ਸਰ ਕੋਈ ਸ਼ੱਕ ਘਰ ਦੇ ਨਾਲ ਲਿਖਾਇਆ ਹੋਵੇ? ਸ਼ੱਕ ਨਾਲ ਬਿਆਨ ਲਿਖਾਇਆ, ਹੁਣ ਜਿਹਦੇ 'ਤੇ ਕਹਿਣਗੇ ਅਸੀਂ ਉਸ ਹਿਸਾਬ ਨਾਲ ਉਹ ਕਾਰਵਾਈ ਕਰੀ ਜਾਵਾਂਗੇ। ਅਤੇ ਹੁਣ ਤੱਕ ਕੀ ਕਾਰਵਾਈ ਕੀਤੀ ਜਾ ਰਹੀ? ਹੁਣ 174 ਦੀ ਕਾਰਵਾਈ ਕਰਤੀ, ਲਾਸ਼ ਇਹਨਾਂ ਦੇ ਹਵਾਲੇ ਵਾਰਸਾਂ ਨੇ ਕਰ ਦਿੱਤੀ। ਅਤੇ ਲੱਗਦਾ ਸਰ ਕੁਛ ਖਾਧਾ ਕੁੜੀ ਨੂੰ ਖੋਇਆ ਗਿਆ? ਨਹੀਂ, ਇਹ 'ਚ ਹੁਣ ਡਾਕਟਰ ਸਾਹਿਬ ਦੱਸਣਗੇ ਨਾ, ਉਹਨਾਂ ਦੀ ਰਿਪੋਰਟ 'ਚ ਆਏਗਾ ਜੋ ਆਏਗਾ।